ਲੋਕਾਂ ਵੱਲੋਂ ਨਵੇਂ ਨਵੇਂ ਟੰਗਾਂ ਦੇ ਨਾਲ ਪੋਲੇ ਪਾਲੇ ਲੋਕਾਂ ਦੇ ਨਾਲ ਠੱਗੀਆਂ ਮਾਰੀਆਂ ਜਾਂਦੀਆਂ ਨੇ। ਇਸੇ ਤਰ੍ਹਾਂ ਦਾ ਇੱਕ ਮਾਮਲਾ ਜੀਰਾ ਸਿਟੀ ਥਾਣੇ ਵਿੱਚ ਦੇਖਣ ਨੂੰ ਮਿਲਿਆ, ਜਿਸ ਦੌਰਾਨ SHO ਮੋਹਿਤ ਧਾਵਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਵਨ ਕੁਮਾਰ ਬਜਾਜ ਪੁੱਤਰ ਲਾਲ ਚੰਦ ਬਜਾਜ ਵਾਸੀ ਮੱਲਾਵਾਲਾ ਨੇ ਫਿਰੋਜ਼ਪੁਰ SSP ਭੁਪਿੰਦਰ ਸਿੰਘ ਕੋਲ ਇੱਕ ਸ਼ਿਕਾਇਤ ਦਰਜ ਕਰਵਾਈ। ਇਸ ਵਿੱਚ ਉਸਨੇ ਦੱਸਿਆ ਕਿ ਦਵਿੰਦਰ ਕਥੂਰੀਆ ਪੁੱਤਰ ਧਰਮਪਾਲ ਕਥੂਰੀਆ ਵਾਸੀ ਮੱਖੂ ਰੋਡ ਜੀਰਾ ਡਾਕਟਰ ਸੁਨੀਲ ਨੇੜੇ ਗੁਰਦੁਆਰਾ ਸਿੰਘ ਸਭਾ ਜੀਰਾ ਅਤੇ ਡਾਕਟਰ ਰਘਵੀਰ ਸਿੰਘ ਵਾਸੀ ਮਾਲਸੀਆਂ ਜੀਰਾ ਇਹਨਾਂ ਸਾਹਮਣੇ ਮਿਲ ਕੇ ਇੱਕ ਕੰਪਨੀ ਰਾਈਜ਼ਿੰਗ ਸਨ ਮਾਰਕੀਟਿੰਗ ਦੇ ਨਾਮ ਤੇ ਖੋਲ੍ਹੀ, ਜਿਸ ਵਿੱਚ ਇਹਨਾਂ ਵੱਲੋਂ ਹਰੇਕ ਮੈਂਬਰ ਤੋਂ 1,000 ਰੁਪਏ ਲੈਣੇ ਸੀ। ਇਸ ਦੇ ਬਦਲੇ ਇਹਨਾਂ ਵੱਲੋਂ ਹਰ ਮਹੀਨੇ ਇਨਾਮ ਕੱਢੇ ਜਾਣੇ ਸੀ। ਪਵਨ ਕੁਮਾਰ ਬਜਾਜ ਨੇ ਦੱਸਿਆ ਕਿ ਮੈਂ 30 ਵਿਅਕਤੀਆਂ ਨਾਲ ਗਰੁੱਪ ਬਣਾ ਕੇ ਇਹਨਾਂ ਨੂੰ ਹਰ ਮਹੀਨੇ 100-500 ਪੈਸੇ ਇਕੱਠੇ ਕਰਕੇ ਦਿੰਦਾ ਰਿਹਾ। ਇਸ ਦੀ ਕੁੱਲ ਰਕਮ 360,000 ਰੁਪਏ ਬਣਦੀ ਹੈ, ਪਰੰਤੂ ਇਹਨਾਂ ਵਿਅਕਤੀਆਂ ਵੱਲੋਂ ਕੁਝ ਸਮੇਂ ਬਾਅਦ ਇਹ ਕੰਪਨੀ ਬੰਦ ਕਰ ਦਿੱਤੀ ਗਈ ਅਤੇ ਨਾ ਹੀ ਸਾਨੂੰ ਕੋਈ ਇਨਾਮ ਦਿੱਤਾ ਗਿਆ ਅਤੇ ਨਾ ਹੀ ਸਾਡੇ ਪੈਸੇ ਵਾਪਸ ਕੀਤੇ ਗਏ। ਜਦ ਅਸੀਂ ਇਹਨਾਂ ਕੋਲ ਆਪਣੇ ਪੈਸਿਆਂ ਦੀ ਮੰਗ ਕੀਤੀ ਤਾਂ ਇਹਨਾਂ ਵੱਲੋਂ ਸਾਨੂੰ ਧਮਕੀ ਦਿੱਤੀ ਜਾਣ ਲੱਗੀ ਅਤੇ ਕਿਹਾ ਕਿ ਕੰਪਨੀ ਬੰਦ ਹੋ ਗਈ ਹੈ, ਅਸੀਂ ਪੈਸੇ ਕਿੱਥੋਂ ਦਈਏ। ਇਹ ਕੰਪਨੀ ਵਿੱਚ ਜੀ ਕੀ ਮਸਲਾ ਹੈ? ਮਸਲਾ ਕੀ ਹੈ ਜੀ, 30 ਕਿਸ਼ਤਾਂ ਸੀਗੀਆਂ ਜੀ 30 ਬੰਦਿਆਂ ਦੀਆਂ, ਮੈਂ ਇੱਕ ਬੰਦਾ ਵੀ ਉਹਦੇ ਵਿੱਚ ਐਡ ਕਰਾ ਕੇ 30 ਬੰਦੇ ਮੈਂ ਜਮ੍ਹਾਂ ਕਰਵਾਏ ਇਹਨਾਂ ਨੂੰ। 30 ਬੰਦਿਆਂ ਦੇ ਮੇਰੇ ਪੈਸੇ ਇਹਨਾਂ ਨੇ ਨਾ ਸਕੀਮ ਦੇ ਪੈਸੇ ਦਿੱਤੇ ਨਾ ਇਹਨਾਂ ਨੇ ਸਮਾਨ ਦਿੱਤਾ ਮੈਨੂੰ। ਇਹਨਾਂ ਦਾ MD ਕੌਣ ਸੀ? ਇਹਨਾਂ ਦਾ MD ਸੀ ਦਵਿੰਦਰ ਕਥੂਰੀਆ ਅਤੇ ਇਹ ਸਾਰੇ ਪਾਰਟਨਰ ਹੈਗੇ ਸੀ, ਰੋਕੀ ਦਵਿੰਦਰ ਕਥੂਰੀਆ ਅਤੇ ਸੁਨੀਲ ਡਾਕਟਰ ਅਤੇ ਰਘਵੀਰ ਮਨਸੀਆਂ ਦਾ ਸੀ ਮੇਰੇ ਨਾਲ, ਅਤੇ ਨਾਲ ਹੋਰ ਵੀ 2-3 ਸਰਦਾਰ ਸੀਗੇ, ਉਹ ਪਤਾ ਨਹੀਂ ਕਿੱਥੋਂ ਦੇ ਕਿੱਥੋਂ ਨਹੀਂ ਸੀਗੇ, ਕਿਉਂਕਿ ਮੈਂ ਤਾਂ ਜੁਆਇਨ ਕੀਤੀ ਬਾਅਦ ਵਿੱਚ। ਪਹਿਲਾਂ A ਗਰੁੱਪ ਸੀ, ਫਿਰ B ਗਰੁੱਪ, ਫਿਰ C ਗਰੁੱਪ, ਫਿਰ D ਗਰੁੱਪ, ਮੈਂ D ਗਰੁੱਪ ਸ਼ਾਮਿਲ ਕੀਤੀ ਸੀ ਜੀ। D ਗਰੁੱਪ ਤੋਂ ਬਾਅਦ F ਗਰੁੱਪ, G ਗਰੁੱਪ, E ਗਰੁੱਪ, ਇਹ ਸਾਰੇ 7 ਗਰੁੱਪ ਸੀ। ਇੱਕ ਗਰੁੱਪ ਦੇ 3-3 ਹਜ਼ਾਰ ਮੈਂਬਰ ਸੀ। ਮੈਂ ਇਹਨਾਂ ਨੂੰ ਬੜਾ ਕਿਹਾ, ਮੈਂ ਕਿਹਾ ਮੈਨੂੰ ਤੁਸੀਂ ਸਕੀਮ ਖਤਮ ਹੋ ਗਈ, ਪੈਸੇ ਦੇ ਦਿਓ, ਪੈਸੇ ਨਹੀਂ ਦੇਣੇ ਸਮਾਨ ਦੇ ਦਿਓ। ਪਰ ਮੈਂ ਜਿਨ੍ਹਾਂ ਵੀਰਾਂ ਦਾ ਸਮਾਨ ਲਿਆ ਸੀ, ਜਿਹਨਾਂ ਨੂੰ ਦਿੱਤਾ ਸੀ, ਮੈਂ ਉਹਨਾਂ ਨੂੰ ਵਾਪਸ ਕਰ ਦਿੱਤਾ। ਮੈਂ ਭਾਵੇਂ ਕਿਵੇਂ ਵੀ ਕੀਤਾ, ਮੈਂ ਇਹਨਾਂ ਨੂੰ ਪੈਸੇ ਮੋੜ ਦਿੱਤੇ ਆ। ਜਿਹੜੇ 2-3 ਘਰਾਂ ਦੇ ਰਹਿ ਗਏ ਮੈਂ ਉਹ ਵੀ ਮੋੜ ਦਿਆਂਗਾ, ਪਰ ਇਹਨਾਂ ਨੇ ਮੇਰੀ ਕੋਈ ਗੱਲ ਨਹੀਂ ਸੁਣੀ। ਖੀਰੀ ਹਾਰ ਕੇ ਮੈਂ ਥਾਣੇ ਜਾ ਕੇ SHO ਸਾਹਿਬ ਨੂੰ ਮਿਲ ਕੇ ਮੈਂ ਉਹਨਾਂ 'ਤੇ ਦਰਖਾਸਤ ਦਿੱਤੀ ਅਤੇ ਮੇਰੇ ਪੈਸੇ ਦਵਾਏ ਜਾਣ। ਬਸ ਹੋਰ ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਮੇਰੇ 30 ਬੰਦਿਆਂ ਦੇ ਪੈਸੇ ਨੇ 360,000 ਬਣਦਾ, ਜਿਹਦੇ ਵਿੱਚੋਂ 3 ਕਿਸ਼ਤਾਂ ਮੈਂ ਪੈਸੇ ਦੇਣੇ ਆ, ਉਹ 8,000 ਜਾਂ 9,000 ਰੁਪਏ ਮੈਂ ਦੇਣਾ, ਉਹ ਆਪਦਾ ਕੱਟ ਲੈਣ, ਬਾਕੀ ਮੇਰੇ ਪੈਸੇ ਜਿਹੜੇ ਬਣਦੇ ਮੈਨੂੰ ਦੇ ਦੇਣ, ਮੈਂ ਜਿਹਨਾਂ ਦੇ ਪੈਸੇ ਦੇਣੇ ਮੈਂ ਬਗੈਰ ਤਾਂ ਵੱਲੋਂ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਮੇਰਾ ਇਹਨਾਂ ਨਾਲ ਪੁਲਿਸ ਵੱਲੋਂ ਕਾਰਵਾਈ, ਮੇਰੇ ਖਿਆਲ ਦਾ 1-2 ਬੰਦੇ ਨੂੰ ਫੜਿਆ ਗਿਆ, ਬਾਕੀ ਉਹ ਫੜ ਲੈਣਗੇ। ਮੇਰੀ ਪ੍ਰਸ਼ਾਸਨ ਨੂੰ ਵੀ ਮੰਗੇ ਕਿ ਜਿਹੜੀਆਂ ਇਹ ਕੰਪਨੀਆਂ ਖੁੱਲ੍ਹਦੀਆਂ ਨੇ, ਇਹਨਾਂ ਨੂੰ ਰਜਿਸਟਰ ਕਰਨ ਤੋਂ ਪਹਿਲਾਂ ਸਾਰਾ ਕੁਝ ਇਹਨਾਂ ਦਾ ਸੋਚਿਆ ਜਾਵੇ, ਇਹ ਕੀ ਕਰਦੇ ਨੇ, ਕੀ ਨਹੀਂ ਕਰਦੇ। ਇਹ ਰਜਿਸਟਰ ਕਰ ਦਿੰਦੇ ਕੰਪਨੀਆਂ, ਫਿਰ ਇਹ ਟੈਕਸ ਵੀ ਮਾਰ ਜਾਂਦੇ ਨੇ, ਸੇਲ ਟੈਕਸ ਵੀ ਮਾਰ ਜਾਂਦੇ ਨੇ, ਇਨਕਮ ਟੈਕਸ ਵੀ ਮਾਰ ਜਾਂਦੇ ਨੇ, ਇਹ ਲੋਕਾਂ ਨੂੰ ਰਸੀਦਾਂ ਵੀ ਨਹੀਂ ਦਿੰਦੇ, ਮਾਲ ਵੀ ਨਹੀਂ ਦਿੰਦੇ, ਇਹ ਖਾ ਜਾਂਦੇ ਨੇ ਸਾਰਾ ਕੁਝ। ਇਸ ਮੌਕੇ ਥਾਣਾ ਮੁਖੀ ਮੋਹਿਤ ਧਾਵਨ ਵੱਲੋਂ ਦੱਸਿਆ ਗਿਆ ਕਿ ਇਸ ਦੀ ਪੜਤਾਲ ਜਦ ਕੀਤੀ ਗਈ ਤਾਂ ਇਸ ਵਿੱਚ ਦਵਿੰਦਰ ਕਥੂਰੀਆ ਪੁੱਤਰ ਧਰਮਪਾਲ ਕਥੂਰੀਆ, ਰੌਕੀ ਕਥੂਰੀਆ ਪੁੱਤਰ ਅਸ਼ੋਕ ਕੁਮਾਰ ਕਥੂਰੀਆ ਅਤੇ ਡਾਕਟਰ ਸੁਨੀਲ ਕੁਮਾਰ ਨਜ਼ਦੀਕ ਗੁਰਦੁਆਰਾ ਸਿੰਘ ਸਭਾ ਜੀਰਾ ਨੂੰ ਲੋਕਾਂ ਨਾਲ ਠੱਗੀ ਮਾਰਨ ਦੇ ਦੋਸ਼ੀ ਪਾਇਆ ਗਿਆ, ਜਿਨ੍ਹਾਂ ਉੱਪਰ ਬਣਦੀ ਧਾਰਾ 420, 120B ਦੇ ਤਹਿਤ ਮੁਕੱਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰਦੇ ਹੋਏ ਰੌਕੀ ਕਥੂਰੀਆ ਪੁੱਤਰ ਅਸ਼ੋਕ ਕੁਮਾਰ ਕਥੂਰੀਆ ਵਾਸੀ ਜੀਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ, ਜਿਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਹ ਜੀ ਇੱਕ FIR ਨੰਬਰ 8 ਹੈ 2021 ਥਾਣਾ ਸਿਟੀ ਜ਼ਿਲ੍ਹੇ ਦੀ, 420, 120B ਦਾ ਪਰਚਾ ਹੈ। ਇਹਦੇ ਵਿੱਚ ਜੀ ਜਿਹੜੇ ਦੋਸ਼ੀ ਨੇ ਉਹ ਹੈ ਦਵਿੰਦਰ ਕਥੂਰੀਆ, ਰੌਕੀ ਕਥੂਰੀਆ ਅਤੇ ਇੱਕ ਸੁਨੀਲ ਹੈ। ਇਹਨਾਂ ਨੇ 2017 'ਚ ਇੱਕ ਰਾਈਜ਼ਿੰਗ ਸਨ ਕੰਪਨੀ ਦੇ ਨਾਂ 'ਤੇ ਕੰਪਨੀ ਬਣਾਈ। ਇਹਨਾਂ ਨੇ ਗਰੁੱਪ ਪਿੰਡਾਂ ਦੇ ਜਾ ਕੇ ਗਰੁੱਪ ਬਣਾਉਂਦੇ ਸੀਗੇ, ਉੱਥੇ ਹਜ਼ਾਰ ਰੁਪਏ ਕਰਕੇ ਹਰ ਮਹੀਨੇ ਇਹ ਲੈਂਦੇ ਬੰਦੇ ਤੋਂ ਲੈਂਦੇ ਸੀ ਅਤੇ ਕਹਿੰਦੇ ਸੀ ਤੁਹਾਡੇ ਇਨਾਮ ਕੱਢਾਂਗੇ ਤੁਹਾਡੇ 'ਤੇ, ਅਤੇ ਇਹਨਾਂ ਨੇ ਸਾਰਿਆਂ ਤੋਂ ਪੈਸੇ ਲੈ ਕੇ ਅਤੇ ਉਹ ਕੰਪਨੀ ਭਗੌੜਾ ਹੋ ਗਈ। ਉਸ ਦੇ ਜਦ ਸਾਡੇ ਕੋਲ ਕੰਪਲੇਂਟ ਆਈ, ਉਹਦੀ ਇਨਕੁਆਇਰੀ ਹੋਈ ਹੈ ਅਤੇ ਪਰਚਾ ਦਰਜ ਕੀਤਾ, ਜਿਸ ਵਿੱਚ ਰੌਕੀ ਕਥੂਰੀਆ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਅਤੇ ਅੱਗੇ ਇਨਵੈਸਟੀਗੇਸ਼ਨ ਅਤੇ ਰਿਮਾਂਡ ਅੱਜ ਲਵਾਂਗੇ ਅਤੇ ਅੱਗੇ ਜੋ ਹੈ ਜਿੰਨੇ ਵੀ ਬੰਦੇ ਆ ਸਾਰੇ ਵਿੱਚ ਸ਼ਾਮਿਲ ਤਫਤੀਸ਼ ਕਰਕੇ ਅੱਗੇ ਕਰਾਂਗੇ। ਆਵਾਜ਼ ਕਮ TV ਲਈ ਜੀਰਾ ਤੋਂ ਗੁਰਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ।